ਸੋਸ਼ਲ ਮੀਡੀਆ ਪ੍ਰਭਾਵਕ ਨੂੰ 8 ਲੱਖ ਰੁਪਏ ਮਹੀਨਾ ਦੇਵੇਗੀ ਯੂਪੀ ਸਰਕਾਰ। ਕਰਨਾ ਹੋਵੇਗਾ ਸਿਰਫ ਇਹ ਇੱਕ ਸੌਖਾ ਜਿਹਾ ਕੰਮ। ਉੱਤਰ ਪ੍ਰਦੇਸ਼ ਸਰਕਾਰ ਹੁਣ ਸੋਸ਼ਲ ਮੀਡੀਆ ਰਾਹੀਂ ਪੈਸੇ ਕਮਾਉਣ ਵਾਲਿਆਂ ਲਈ ਨਵੀਂ ਨੀਤੀ ਲੈ ਕੇ ਆਈ ਹੈ। ਸਰਕਾਰ ਦੇ ਕੰਮ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਹੁਣ ਉਹਨਾਂ ਦੇ ਫੋਲੋਅਰਸ ਦੇ ਹਿਸਾਬ ਨਾਲ ਤਨਖਾਹ ਦਿੱਤੀ ਜਾਵੇਗੀ। ਸਰਕਾਰ ਵੱਲੋਂ ਹਰ ਮਹੀਨੇ 30,000 ਤੋਂ 8 ਲੱਖ ਰੁਪਏ ਦੇਣ ਦੀ ਵਿਵਸਥਾ ਹੈ, ਪਰ ਜੇਕਰ ਸਰਕਾਰ ਨੂੰ ਤੁਹਾਡੀ ਸਮੱਗਰੀ, ਰੀਲ ਜਾਂ ਫਿਰ ਪੋਸਟ ਪਸੰਦ ਨਹੀਂ ਆਉਂਦੀ ਤਾਂ ਤੁਹਾਨੂੰ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ। ਸਰਕਾਰ ਵੱਲੋਂ ਜਾਰੀ ਨੀਤੀ ਅਨੁਸਾਰ ਇਸ ਨਾਲ ਸੰਬੰਧਿਤ ਏਜੰਸੀਆਂ, ਫਾਰਮਾਂ ਨੂੰ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ ਅਤੇ ਯੂਟਿਊਬ 'ਤੇ ਡਿਜੀਟਲ ਰਾਹੀਂ ਸੂਬਾ ਸਰਕਾਰ ਦੀਆਂ ਸਕੀਮਾਂ ਅਤੇ ਪ੍ਰਾਪਤੀਆਂ 'ਤੇ ਅਧਿਕਾਰਤ ਸਮੱਗਰੀ, ਵੀਡੀਓ, ਟਵੀਟ, ਪੋਸਟ ਅਤੇ ਰੀਲ ਦਿਖਾਉਣ ਲਈ ਸੂਚੀਬੰਧ ਕੀਤਾ ਜਾਵੇਗਾ। ਟੈਕਸ ਇਸ਼ਤਿਹਾਰ ਜਾਰੀ ਕਰਨ ਲਈ ਪ੍ਰੋਤਸਾਹਨ ਦਿੱਤੇ ਜਾਣਗੇ। ਇਸ ਨਵੀਂ ਨੀਤੀ ਨੂੰ ਐਕਸ, ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਦੇ ਗ੍ਰਾਹਕਾਂ ਅਤੇ ਫੋਲੋਅਰਸ ਦੇ ਆਧਾਰ 'ਤੇ 4 ਸ਼੍ਰੇਣੀਆਂ 'ਚ ਵੰਡਿਆ ਗਿਆ, ਜਿਸ ਵਿੱਚ ਐਕਸ, ਫੇਸਬੁੱਕ ਅਤੇ ਇੰਸਟਾਗ੍ਰਾਮ ਧਾਰਕ 5 ਲੱਖ ਰੁਪਏ, 4 ਲੱਖ ਰੁਪਏ, 3 ਲੱਖ ਰੁਪਏ, 2 ਲੱਖ ਰੁਪਏ ਪ੍ਰਤੀ ਮਹੀਨਾ ਕਮਾ ਸਕਣਗੇ, ਜਦੋਂ ਕਿ ਯੂਟਿਊਬ 'ਤੇ ਵੀਡੀਓ, ਸ਼ਾਰਟਸ, ਪੋਡਕਾਸਟ ਲਈ 8 ਲੱਖ ਰੁਪਏ, 7 ਲੱਖ ਰੁਪਏ, 6 ਲੱਖ ਰੁਪਏ ਅਤੇ 4 ਲੱਖ ਰੁਪਏ ਦਾ ਭੁਗਤਾਨ ਰੱਖਿਆ ਗਿਆ। ਇੰਨਾ ਹੀ ਨਹੀਂ, ਜੇਕਰ ਕੋਈ ਐਕਸ, ਫੇਸਬੁੱਕ, ਇੰਸਟਾਗ੍ਰਾਮ ਜਾਂ ਯੂਟਿਊਬ 'ਤੇ ਇਤਰਾਜ਼ਯੋਗ ਸਮੱਗਰੀ ਪੋਸਟ ਕਰਦਾ ਹੈ ਤਾਂ ਇਸ ਨਾਲ ਉਸਦਾ ਕੋਈ ਭਲਾ ਵੀ ਨਹੀਂ ਹੋਵੇਗਾ। ਦੱਸ ਦਈਏ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਕਿਸੇ ਵੀ ਹਾਲਤ ਵਿੱਚ ਸਮੱਗਰੀ ਅਸ਼ਲੀਲ ਜਾਂ ਰਾਸ਼ਟਰ ਵਿਰੋਧੀ ਨਹੀਂ ਹੋਣੀ ਚਾਹੀਦੀ। ਫਿਲਹਾਲ ਕੈਬਨਿਟ ਮੀਟਿੰਗ ਵਿੱਚ ਸੋਸ਼ਲ ਮੀਡੀਆ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸਰਕਾਰ ਨੇ ਇਹ ਨੀਤੀ ਸਰਕਾਰੀ ਸਕੀਮਾਂ ਦੇ ਪ੍ਰਚਾਰ ਪ੍ਰਸਾਰ ਅਤੇ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਸ਼ੁਰੂ ਕੀਤੀ ਹੈ। ਦੱਸ ਦਈਏ ਬੀਤੇ ਦਿਨ ਹੀ ਲਖਨਊ ਯੂਪੀ ਕੈਬਨਿਟ ਦੀ ਬੈਠਕ ਹੋਈ ਹੈ। ਸਰਕਾਰ ਨੇ ਇਸ ਮੀਟਿੰਗ ਵਿੱਚ 13 ਪ੍ਰਸਤਾਵ ਪਾਸ ਕੀਤੇ ਨੇ। ਦੱਸ ਦਈਏ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਹੁਣ ਸੋਸ਼ਲ ਮੀਡੀਆ ਰਾਹੀਂ ਪੈਸਾ ਕਮਾਉਣ ਵਾਲਿਆਂ ਲਈ ਨਵੀਂ ਨੀਤੀ ਲੈ ਕੇ ਆ ਗਈ ਹੈ। ਸਰਕਾਰ ਦੇ ਕੰਮ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਹੁਣ ਉਹਨਾਂ ਦੇ ਫੋਲੋਅਰਸ ਦੇ ਹਿਸਾਬ ਨਾਲ ਤਨਖਾਹ ਦਿੱਤੀ ਜਾਵੇਗੀ। ਨੋਟ ਕਰ ਲਓ, ਫੋਲੋਅਰਸ ਦੇ ਹਿਸਾਬ ਨਾਲ ਉਹਨਾਂ ਨੂੰ ਤਨਖਾਹ ਦਿੱਤੀ ਜਾਵੇਗੀ। ਸਰਕਾਰ ਵੱਲੋਂ ਹਰ ਮਹੀਨੇ ਤੁਹਾਨੂੰ 30,000 ਤੋਂ ਲੈ ਕੇ 8 ਲੱਖ ਰੁਪਏ ਦੇਣ ਦੀ ਵਿਵਸਥਾ ਹੈ, ਪਰ ਜੇਕਰ ਸਰਕਾਰ ਨੂੰ ਤੁਹਾਡੀ ਸਮੱਗਰੀ, ਰੀਲ ਜਾਂ ਫਿਰ ਪੋਸਟ ਪਸੰਦ ਨਹੀਂ ਆਉਂਦੀ ਤਾਂ ਤੁਹਾਡੇ 'ਤੇ ਕਾਰਵਾਈ ਵੀ ਹੋ ਸਕਦੀ ਹੈ ਜਾਂ ਕਹਿ ਲਓ ਤੁਹਾਨੂੰ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ।